ਨਸ਼ੇੜੀਆਂ ਦੇ ਵੱਲੋਂ ਇੱਕ 22 ਸਾਲ ਦੇ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕੀਤਾ ਗਿਆ। ਇਸ ਨੌਜਵਾਨ ਦਾ ਕਸੂਰ ਸਿਰਫ ਇਹ ਸੀ ਕਿ ਉਹ ਨਸ਼ਾ ਵੇਚਣ ਤੋਂ ਔਰ ਕਰਨ ਤੋਂ ਰੋਕਦਾ ਸੀ, ਜਿਸ ਤੋਂ ਬਾਅਦ ਨਸ਼ੇੜੀਆਂ ਦੇ ਵੱਲੋਂ ਇਸ ਨੌਜਵਾਨ ਨੂੰ ਫੜਿਆ ਗਿਆ ਔਰ ਕਿਰਚ ਮਾਰ ਕੇ ਇਸ ਦਾ ਕਤਲ ਕਰ ਦਿੱਤਾ। ਇਸ ਨੌਜਵਾਨ ਦੀ ਉਮਰ 22 ਸਾਲ ਦੀ ਸੀ। ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਤੇ ਬੀਤੀ ਰਾਤ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਹਸਨਦੀਪ ਸਿੰਘ ਇਸ ਦਾ ਨਾਮ ਹੈ। ਫਿਲਹਾਲ ਇਸ ਨੌਜਵਾਨ ਦੀ ਲਾਸ਼ ਨੂੰ ਹਸਪੀਟਲ ਦੇ ਵਿੱਚ ਰਖਵਾਇਆ ਗਿਆ। ਪੀੜਤ ਪਰਿਵਾਰ ਵੱਲੋਂ ਨਸ਼ੇੜੀਆਂ ਤੇ ਇਲਜ਼ਾਮ ਲਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਹਸਨਦੀਪ ਸਿੰਘ ਦਾ ਕਿਰਚ ਮਾਰ ਕੇ ਕਤਲ ਕੀਤਾ ਗਿਆ ਔਰ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਗਈ। ਦੱਸ ਦਈਏ ਕਿ ਨਸ਼ਾ ਕਰਨ ਤੋਂ ਔਰ ਵੇਚਣ ਤੋਂ ਇਹ ਨੌਜਵਾਨ 22 ਸਾਲ ਦਾ ਹਸਨਦੀਪ ਸਿੰਘ ਰੋਕਦਾ ਸੀ, ਜੋ ਕਿ ਨਸ਼ੇੜੀਆਂ ਨੂੰ ਮਨਜ਼ੂਰ ਨਾ ਹੋਇਆ। ਉਹਨਾਂ ਨੇ ਕਿਰਚ ਮਾਰ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ। ਬਟਾਲਾ ਦੇ ਗੁਰੂ ਨਾਨਕ ਨਗਰ ਭੁੱਲਰ ਰੋਡ ਦੀ ਇਹ ਘਟਨਾ ਹੈ। ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ, ਉੱਥੇ ਅਮਲੀ ਬਹਿੰਦੇ, ਉਹਨਾਂ ਨੇ ਕੁਝ ਮਾੜਾ ਚੰਗਾ ਆਖਿਆ, ਵੀ ਨਾ ਬਹਿ ਕਰੋ। ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ, ਰਣਜੀਤ ਸਿੰਘ ਇਹਦੇ ਮਗਰ ਪੈ ਗਏ। ਇਹ ਭੱਜ ਕੇ ਘਰ ਆਇਆ, ਚੱਲ ਉਹ ਦਿਨ ਲੰਘ ਗਿਆ, ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਉਣ ਗਿਆ। ਜਿਹੜਾ ਬੰਦਾ ਉੱਦਣ ਇਹਦੇ ਮਗਰ ਦਾਤਰ ਲੈ ਪਿਆ ਸੀ ਪਰਸੋਂ, ਉਹ ਫਿਰ ਕੱਲ੍ਹ ਆ ਗਿਆ। ਉਹਨਾਂ ਚਿਰ ਨੂੰ ਅਸੀਂ ਆਖਿਆ ਸਾਡਾ ਬੇਟਾ ਫਿਰ ਗਿਆ ਸੀ, ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ, ਗੱਲਾਂ ਹੀ ਕਰਨ ਡੇ। ਉਹਨੇ ਫੋਨ ਕਰਕੇ ਉਹਨੇ ਚਿਰ ਨੂੰ 5-4 ਬੰਦੇ ਹੋਰ ਮੰਗਾ ਲਏ, ਵਹਿੰਦਿਆਂ ਵਹਿੰਦੇ 35-40 ਮੁੰਡੇ ਹੋ ਗਏ। ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ, ਮੇਰੇ ਵੀ ਦਾਤਰ ਮਾਰੇ, ਮੇਰੇ ਇੱਥੇ ਚੱਕ ਮਾਰਿਆ, ਕਿਰਚ ਮਾਰੀ, ਮੁੰਡੇ ਦੇ ਵੀ ਕਿਰਚ ਮਾਰੀ। ਫਿਰ ਉੱਥੇ ਔਨ ਸਪੋਟ ਉਹਦੀ ਡੈਥ ਹੋ ਗਈ। ਪੁਲਿਸ ਦਾ ਹੁਣ ਆਪਾਂ ਨੂੰ ਇੰਨਾ ਪਤਾ ਨਹੀਂ, ਆਪਣੇ ਬਿਆਨ ਬੁਨ ਲੈ ਕੇ ਚੱਲ ਗਏ ਪੁਲਿਸ ਦਾ ਹੁਣ, ਇਹ ਤਾਂ ਮੈਨੂੰ ਨਹੀਂ ਪਤਾ, ਮੈਂ ਰਾਤ ਦਾ ਡੈਡ ਹਾਂ, ਬੇਹੋਸ਼ ਹਾਂ। ਇਹ ਸਰ ਤੁਸੀਂ ਅੱਜ ਤੁਹਾਨੂੰ ਸਰ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਐਪ ਭਗਵੰਤ ਮਾਨ ਦੀ ਸਰਕਾਰ ਰਹੀ ਆ, ਨਸ਼ੇ ਬਹੁਤ ਹੀ ਜ਼ਿਆਦਾ ਵੱਧ ਗਏ ਨੇ। ਕੈਂਪ ਦੇ ਵਿੱਚ ਇੰਨਾ ਨਸ਼ਾ ਵਿਕਦਾ ਪਿਆ ਵਾ, ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ, ਅਤੇ ਉੱਥੇ ਸਾਡੇ ਭਾਂਜਾ ਜੀ ਉਹ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਵੀ ਇੱਥੇ ਨਸ਼ਾ ਨਹੀਂ ਕਰਨਾ ਹੈਗਾ, ਅਤੇ ਉਹ ਉਹਦਾ ਵਿਰੋਧ ਕਰਦੇ ਨੇ। ਉਹਨਾਂ ਦੀ ਇਸੇ ਰੰਜਿਸ਼ 'ਚ ਆ ਕੇ ਸਾਡੇ ਭਾਂਜੇ ਨੂੰ ਜਿਹੜਾ ਕਤਲ ਕਰਤਾ ਜੀ। ਇਹ ਰਾਤ ਦਾ ਤਕਰੀਬਨ ਕੋਈ 10:15 ਦੀ ਗੱਲ। ਜਸ਼ਨਦੀਪ ਸਿੰਘ ਉਹਦਾ ਨਾਮ ਆ, ਹਾਂਜੀ ਹਸਨਦੀਪ ਸਿੰਘ ਉਹਦਾ ਨਾਮ ਆ, ਅਤੇ ਸਨ ਆਫ ਗੁਰਦੀਪ ਸਿੰਘ, ਅਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗੁਰਦਾਸਪੁਰ ਵਾਲਾ। ਹਾਂਜੀ ਉਹ ਤਾਂ ਸਟੱਡੀ ਕਰਦਾ ਪਿਆ ਸੀ, ਉਹਨੇ ਤਾਂ ਆਪਣਾ ਹੁਣੇ ਹੀ ਆਪਣਾ ਕੋਰਸ ਕੀਤਾ ਵਾ ਸਰ ਹੁਣੇ। ਹਾਂਜੀ ਅਨਮੈਰਿਡ ਪਰਿਵਾਰ ਦੇ ਜੀ ਹੈਗੇ, ਟੋਟਲ 3 ਭੈਣ ਭਰਾ ਨੇ, ਅਤੇ ਆਪਣਾ ਦਾਦਾ ਜੀ, ਫਾਦਰ ਸਾਹਿਬ ਅਤੇ ਸਿਸਟਰ, ਸਾਡੀ 2 ਭਰਾ, ਇੱਕ ਛੋਟਾ ਬੱਚਾ ਕੁਛ 12-13 ਸਾਲ ਦਾ ਜੀ। ਇਹ ਸਰ ਉੱਥੇ ਮੌਕੇ 'ਤੇ ਜਿਹੜੀ ਪੁਲਿਸ ਦੀ ਵੈਰੀਫਿਕੇਸ਼ਨ ਕਰਵਾਈ ਆ, ਉੱਥੇ ਮੌਕੇ 'ਤੇ ਇੱਕ ਐਡਾ ਕੁ ਕਿਰਚ ਮਿਲੀ ਆ, ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ, ਸਾਡੇ ਜੀਜੇ 'ਤੇ ਵੀ ਵਾਰ ਕੀਤਾ ਵਾ, ਅਤੇ ਉਹਨਾਂ 'ਤੇ ਵੀ ਕੀਤਾ, ਇਹ ਆਪਣੇ ਪਲਾਟ 'ਚ ਖਲੋਤੇ ਹੋਏ ਉੱਥੇ ਮੌਕੇ 'ਤੇ। ਇਹ ਜੀ ਜਸ਼ਨਦੀਪ ਸਿੰਘ ਸੀ, ਆਪਣਾ ਫਾਟਕਾ ਕਾਦੀਆਂ ਦਾ ਫਾਟਕਾ ਮੁੰਡਾ, ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ, ਰੇਲਵੇ ਲਾਈਨ ਦੇ ਲਾਗੇ ਇਹਨਾਂ ਦੀ ਕੋਠੀ ਬਣਦੀ ਪਈ ਆ, ਘਰ ਬਣਦਾ ਪਿਆ। ਇਹ ਆਪਣੇ ਮਾਂ ਅਤੇ ਪਿਓ ਗੁਰਦੀਪ ਸਿੰਘ ਉੱਥੇ ਰਾਤ ਕੁੱਤੇ ਨੂੰ ਰੋਟੀ ਦੇਣ ਗਏ ਸੀ। ਉੱਥੇ ਕੋਈ ਰੇਲਵੇ ਟਰੈਕ 'ਤੇ ਬੰਦੇ ਬੈਠਦੇ ਸੀ, ਇਹਨਾਂ ਦੀ ਅਕਸਰ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਵੀ ਇੱਥੇ ਨਾ ਬਿਆਹ ਕਰੋ। ਉਹਨਾਂ ਦੀ ਬਹਿਸ ਹੋਈ ਹੈ, ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਅਤੇ ਮੁੰਡਾ ਤਾਂ ਮਰ ਗਿਆ ਹਸਪਤਾਲ ਜਾ ਕੇ, ਅਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਵਾ, ਅਤੇ ਇਹ ਆਹ ਕਾਰਨ ਪਤਾ ਇਹਨਾਂ ਦਾ। ਅਜੇ ਤਫਤੀਸ਼ ਕਰ ਰਹੇ ਹਾਂ ਜੀ, ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ, ਉਹ ਕਹਿੰਦੇ ਆ, ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਤਾਂ ਪਤਾ ਲੱਗੂ ਵੀ ਨਸ਼ੇ ਹੀ ਕੌਣ ਨੇ। ਹਾਂ, FIR ਦਰਜ ਕਰਤੀ, ਤਫਤੀਸ਼ ਚੱਲ ਰਹੀ ਹੈ।